ਪੰਜਾਬ ਦੇ ਵਿੱਚ ਇੰਡੀਆ ਗੁੜਜੜ ਨੂੰ ਲੈ ਕੇ ਲਗਾਤਾਰ ਚੰਡੀਗੜ੍ਹ 'ਚ ਮੀਟਿੰਗਾਂ ਦਾ ਦੌਰ ਜਾਰੀ ਆ ਔਰ ਮੇਰੇ ਨਾਲ ਮੌਜੂਦ ਹੈਗੇ ਨੇ ਰਵਨੀਤ ਸਿੰਘ ਬਿੱਟੂ ਸਾਂਸਦ, ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਸਰ, ਗੱਠਜੋੜ ਦੇ ਉੱਤੇ ਸਿਲਸਿਲਾ ਜਾਰੀ ਹੈ, ਮੀਟਿੰਗਾਂ ਜਾਰੀਆਂ, ਤੁਹਾਡਾ ਕੀ ਕਹਿਣਾ? ਦੇਖੋ, ਇਹ 'ਚ ਤਾਂ ਆਪਾਂ ਕੋਈ ਗੱਲ ਕਰ ਹੀ ਨਹੀਂ ਸਕਦੇ, ਕਿਉਂਕਿ ਜਿਹੜੀ ਮੀਟਿੰਗ ਆ ਉਹ ਕੱਲ੍ਹ ਜਿਹੜੇ ਕੋਆਰਡੀਨੇਸ਼ਨ ਜਿਹਨੇ ਕਰਨੀ ਆ ਸਾਰੀ ਓਪੋਜੀਸ਼ਨ ਪਾਰਟੀਆਂ ਦੇ ਨਾਲ, ਉਹਦੇ ਚੇਅਰਮੈਨ ਮੁਕਲ ਵਾਸਨਿਕ ਨੇ, ਉਹਦੇ ਮੈਂਬਰ ਜਿਹੜੇ ਆ ਉਹ ਸਾਡੇ ਐਕਸ CM ਜਿਹੜੇ ਨੇ ਗਲੋਟ ਸਾਹਿਬ ਨੇ, ਅਤੇ ਬਾਕੀ ਜਿਹੜੇ ਹੋਰ ਮੈਂਬਰ ਨੇ ਉਹ ਵੀ ਕੱਲ੍ਹ ਮੌਜੂਦ ਸੀ, ਅਤੇ ਉੱਧਰੋਂ ਸੰਦੀਪ ਪਾਠਕ ਜੀ ਅਤੇ ਸਾਡੇ ਆਤਸ਼ੀ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਭਰਦਵਾਜ ਜੀ, ਉਹ ਸਾਰੇ ਉੱਥੇ ਮੌਜੂਦ ਸੀ। ਅਤੇ ਉਹਦੇ ਵਿੱਚ ਬਾਹਰ ਆ ਕੇ ਉਹਨਾਂ ਨੇ ਡਿਸਕਸ਼ਨ ਤੋਂ ਬਾਅਦ ਇਹੀ ਕਿਹਾ ਵੀ ਅਸੀਂ ਅਗਲੀ ਮੀਟਿੰਗ ਆ ਜਿਹੜੀ ਉਹ ਜਲਦੀ ਕਰ ਰਹੇ ਹਾਂ, ਅੰਦਰ ਕੀ ਹੋਇਆ ਉਹ ਕਿਸੇ ਨੂੰ ਨਹੀਂ ਪਤਾ। ਹਾਂ, ਦੂਜੀ ਗੱਲ ਜਿਹੜੀ ਆ, ਕਿਉਂਕਿ ਸਾਡੇ ਇੰਚਾਰਜ ਨਵੇਂ ਲੱਗੇ ਨੇ ਜਿਹੜੇ ਯਾਦਵ ਸਾਹਿਬ, ਅਤੇ ਉਹ ਆਪ ਖਾਸ ਤੌਰ 'ਤੇ ਕੱਲ੍ਹ ਪਹਿਲਾਂ ਦਰਬਾਰ ਸਾਹਿਬ ਗਏ, ਦੁਰਾਣਾ ਮੰਦਰ ਸਾਹਿਬ, ਉਸ ਤੋਂ ਬਾਅਦ 3 ਦਿਨ ਦੇ ਉਹ ਪ੍ਰੋਗਰਾਮ 'ਤੇ ਨੇ 9, 10, 11, ਅਤੇ ਉਹਨਾਂ ਨੇ ਹਰ ਵਰਗ ਨੂੰ, ਚਾਹੇ ਉਹ XPCC ਪ੍ਰਧਾਨ ਨੇ ਉਹਨਾਂ ਨਾਲ ਗੱਲ ਕਰਨੀ ਆ, MPਆਂ ਨਾਲ ਗੱਲ ਕਰਨੀ ਆ, XMPਆਂ ਨਾਲ ਗੱਲ ਕਰਨੀ ਆ, 117 ਦੇ 17 ਜਿਹੜੇ ਸਾਡੇ MLA ਨੇ ਹਲਕਾ ਇੰਚਾਰਜ ਆ ਉਹਨਾਂ ਨਾਲ ਗੱਲ ਕਰਨੀ ਆ, ਜ਼ਿਲ੍ਹੇ ਪ੍ਰਧਾਨਾਂ ਨਾਲ ਗੱਲ ਕਰਨੀ ਆ, ਸਾਰੇ ਹੀ ਜਿਹੜੀਆਂ ਸਾਡੀਆਂ ਫਰੰਟਲ ਔਰਗਨਾਈਜੇਸ਼ਨ ਨੇ ਉਹਨਾਂ ਨਾਲ ਕੰਮ ਗੱਲ ਕਰਨੀ ਆ, ਅਤੇ ਉਦੋਂ ਬਾਅਦ ਹਰ ਜਿਹੜਾ ਵੀ ਬੰਦਾ ਉਹਨਾਂ ਨੂੰ ਮਿਲ ਸਕਦਾ, ਅਤੇ ਉਹ ਸਾਰਾ ਫੀਡਬੈਕ ਆ ਜਿਹੜਾ ਉਹ ਲੈ ਰਹੇ ਨੇ ਲਗਾਤਾਰ 3 ਦਿਨ। ਉਦੋਂ ਬਾਅਦ ਜਿਹੜੀ ਤੁਸੀਂ ਪੁੱਛੀ ਆ ਗੱਲ, ਉਹ ਸਾਰੀ ਦੀ ਸਾਰੀ ਹਾਈ ਕਮਾਂਡ ਦੇ ਪਾਲੇ 'ਚ ਇਸ ਵੇਲੇ ਗੇਮ ਆ। ਹੁਣ ਤੁਸੀਂ ਕਰੋਗੇ ਵੀ ਤੁਹਾਡਾ ਕੀ ਆ, ਅਸੀਂ ਸਾਰੇ ਤੁਹਾਨੂੰ ਪਤਾ ਖੜਗੇ ਸਾਹਿਬ ਨੇ, ਇੱਕ ਸਾਡੀ ਜਿਹੜੀ PAC ਕਮੇਟੀ ਆ ਜਿਹੜੀ ਪੰਜਾਬ ਦੀ ਸਾਰੀ, ਉਹਨੂੰ ਖੜਗੇ ਸਾਹਿਬ, ਰਾਹੁਲ ਗਾਂਧੀ ਜੀ ਅਤੇ ਵੀਨੂ ਗੋਪਾਲ ਨੇ ਤੁਹਾਨੂੰ ਪਤਾ ਦਿੱਲੀ ਸੱਦਿਆ ਸੀ, ਅਤੇ ਸਾਰਿਆਂ ਨੇ ਜਿਹੜੀ ਜਿਹੜੀ ਆਪਣੀ ਗੱਲ ਸੀ, ਚਾਹੇ ਉਹਦੇ ਵਿੱਚ ਰਾਜਾ ਬੜਿੰਗ ਸਾਹਿਬ ਸੀ, ਚਾਹੇ ਸਾਡੇ ਵਰਕਿੰਗ ਪ੍ਰਧਾਨ ਆਸ਼ੂ ਜੀ ਸੀ, ਚਾਹੇ CLP ਲੀਡਰ ਸੀ, ਚਾਹੇ ਜਨਰਲ ਸੈਕਟਰੀ ਸੰਦੀਪ ਸੰਧੂ ਸੀ, ਚਾਹੇ MP ਸੀ, ਸਭ ਨੇ ਗੱਲ ਇਕੱਲੀ ਵਿਸਤਾਰ ਨਾਲ 2 ਘੰਟੇ ਤੋਂ ਵੱਧ ਗੱਲ ਦੱਸੀ, ਅਤੇ ਹੁਣ ਗੱਲਾਂ ਸਾਰੀਆਂ ਪਤਾ ਹੈ ਉਹਨਾਂ ਨੂੰ, ਅਤੇ ਬਾਕੀ ਤੁਹਾਡੇ ਮੀਡੀਆ ਤੋਂ ਵੀ ਖਬਰਾਂ ਮਿਲ ਰਹੀਆਂ ਹੈ ਵੀ ਕੱਲ੍ਹ ਮੀਟਿੰਗ ਤੁਹਾਡੇ ਚੈਨਲਾਂ 'ਚ ਕਵਰੇਜ ਆਈ ਆ, ਅਤੇ ਅੱਗੇ ਵੀ ਜਿੱਦਣ ਹੋਊਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗਣੀ ਆ ਹਰ ਗੱਲ। ਸਰ, ਅਲਾਇੰਸ ਹੋਣ ਦੇ ਨਾਲ ਫਾਇਦਾ ਹੋਊਗਾ ਕਾਂਗਰਸ ਨੂੰ? ਦੇਖੋ, ਹਜੇ ਇਹ ਗੱਲਾਂ ਜਿਹੜੀਆਂ ਨੇ ਨਾ, ਜਿਵੇਂ ਮੈਂ ਆਪਣੇ ਲੈਵਲ 'ਤੇ ਕਹਾਂ, ਉਹ ਕਰਨ ਦਾ ਕੋਈ ਮਕਸਦ ਨਹੀਂ ਗਾ, ਕਿਉਂਕਿ ਇਹ ਫਾਇਦਾ ਹੈ, ਇਹ ਹਾਈ ਕਮਾਂਡ ਨੇ ਦੇਖਣਾ ਨੁਕਸਾਨ ਆ ਜਾਂ ਫਾਇਦਾ ਦੋਨੋਂ ਪਾਰਟੀਆਂ ਦਾ, ਉਹੀ ਉਹ ਕੰਮ ਕਰ ਰਹੇ ਆ, ਕਿਉਂਕਿ ਹੁਣ ਮੇਰੇ ਇਕੱਲੇ ਦੀ ਗੱਲ ਨਹੀਂ, ਸਭ ਤੋਂ ਰਿਪੋਰਟ ਲੈ ਲਈ ਉਹਨਾਂ ਨੇ, ਅਤੇ ਹੁਣ ਉਹ ਭਾਪਣਗੇ ਵੀ ਕਿਹਦੇ ਨਾਲ ਕੀ ਫਾਇਦਾ ਕੀ ਨੁਕਸਾਨ। ਚਲੋ, ਰਵਨੀਤ ਸਿੰਘ ਬਿੱਟੂ ਦਾ ਕੀ ਕਹਿਣਾ ਸਰ, ਤੁਹਾਨੂੰ ਕੀ ਲੱਗਦਾ ਨਹੀਂ ਕਿ ਤੁਹਾਨੂੰ ਕੀ ਲੱਗਦਾ ਕਿ ਅਗਰ ਅਲਾਇੰਸ ਹੁੰਦਾ ਤਾਂ ਇਹਦੇ ਨਾਲ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ? ਮੇਰੀ ਗੱਲ ਇੱਕ ਸਮਝੋ, ਹੁਣ ਅਸੀਂ ਆਪਣੀਆਂ ਗੱਲਾਂ ਜਿਹੜੀਆਂ ਕਰਨੀਆਂ ਸੀ ਕਰ ਚੁੱਕੇ ਹਾਂ, ਹੁਣ ਮੈਂ ਕਲੀਅਰਲੀ ਮੈਂ ਤੁਹਾਨੂੰ ਕਹਿਣਾ ਵੀ ਮੀਡੀਆ ਦੇ ਵਿੱਚ ਇਹ ਗੱਲਾਂ ਹੁਣ ਨਾ ਕਰਨੀਆਂ ਸਾਨੂੰ ਚਾਹੀਦੀਆਂ ਹੀ ਆ, ਅਤੇ ਨਾਲੇ ਸਾਨੂੰ ਇਹੀ ਉਦੇਸ਼ ਆ ਸਿੱਧਾ ਵੀ ਹੁਣ ਇਹ ਗੱਲਾਂ ਤੁਹਾਡੀਆਂ ਜਿਹੜੀਆਂ ਕਰਨੀਆਂ ਸੀ ਕਰ ਲਈਆਂ ਮੀਡੀਆ 'ਚ, ਹੁਣ ਸਾਡੇ 'ਤੇ ਛੱਡੋ ਇਹ ਗੱਲ, ਫਾਇਦਾ ਨੁਕਸਾਨ ਅਸੀਂ ਦੇਖਣਾ ਹੈ ਪਾਰਟੀ ਦਾ, ਇਹ ਕਿਉਂਕਿ ਲੜਾਈ ਪ੍ਰਧਾਨ ਮੰਤਰੀ ਦੀ ਆ, ਕੋਈ ਬਿੱਟੂ ਦੀ ਜਾਂ ਕਿਸੇ ਦੀ ਲੜਾਈ ਨਹੀਂ ਗੀ, ਅਤੇ ਪ੍ਰਧਾਨ ਮੰਤਰੀ ਦੀ ਦੇਸ਼ ਦੀ ਜਿਹੜੀ ਇਹ ਇਲੈਕਸ਼ਨਾਂ ਹੋਣ ਜਾ ਰਹੀਆਂ, ਮੈਂ ਐਵੇਂ ਤੁਹਾਨੂੰ ਵਿੰਗ ਬਲ ਪਾ ਕੇ ਮੈਂ ਸਿੱਧੀ ਗੱਲ ਕਹਿੰਦਾ ਵੀ ਸਾਨੂੰ ਇਹ ਗੱਲ ਕਰਨ ਤੋਂ, ਅਸੀਂ ਪਹਿਲਾਂ ਨੁਕਸਾਨ 22 'ਚ ਕਰਾ ਲਿਆ ਆਹੀ ਗੱਲਾਂ ਬੋਲ ਕੇ, ਨਾ ਮੈਂ ਬੋਲਾਂ ਨਾ ਹੋਰ ਕੋਈ ਪਾਰਟੀ ਦਾ ਲੀਡਰ, ਇਸ ਵੇਲੇ ਆਪਣੀਆਂ ਗੱਲਾਂ ਜਿਹੜੀਆਂ ਉਹ ਕਰਨ ਦਾ ਇਸ ਵੇਲੇ ਕਿਸੇ ਨੂੰ ਮੈਂ ਸਮਝਦਾ ਨਾ ਕੋਈ ਫਾਇਦਾ ਹੈ ਨਾ ਕੋਈ ਉਹਦਾ ਕੋਈ ਮਕਸਦ ਵੀ ਆ। ਚਲੋ, ਇੱਕ ਚੀਜ਼ ਹੋਰ ਦੱਸ ਦਿਓ ਕਿ 2024 ਦੇ ਇਲੈਕਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਕੁਰਸੀ ਉੱਤੇ ਤੁਸੀਂ ਕਿਹਨੂੰ ਦੇਖਣਾ ਚਾਹੁੰਦੇ ਹੋ?
ਨਹੀਂ, ਮੈਂ ਤਾਂ ਮੇਰਾ ਤਾਂ ਇੱਕੋ ਹੀ ਇੱਕ ਨਿਸ਼ਾਨਾ ਹੈ, ਮੈਂ ਤਾਂ ਰਾਹੁਲ ਗਾਂਧੀ ਜੀ ਨੂੰ ਦੇਖਣਾ ਚਾਹੁੰਦਾ ਇਹ 'ਚ। ਅਸੀਂ ਤਾਂ ਸਿਆਸਤ ਦੇ ਵਿੱਚ ਸਾਨੂੰ ਲਿਆਉਣ ਵਾਲੇ ਯੂਥ ਕਾਂਗਰਸ ਤੋਂ ਅਸੀਂ ਤਾਂ ਸ਼ੁਰੂ ਰਾਹੁਲ ਗਾਂਧੀ ਨੇ ਉਹਨਾਂ ਨੇ ਕੀਤੀ ਆ ਹੁਣ। ਹਾਂ, ਉਹਨਾਂ ਨੇ ਕਦ ਪ੍ਰਧਾਨ ਮੰਤਰੀ ਬਣਨਾ, ਕਦ ਉਹਨਾਂ ਨੇ ਇਸ ਜ਼ਿੰਮੇਵਾਰੀ ਲਈ ਆਉਣਾ, ਉਹ ਉਦੋਂ ਦੀ ਗੱਲ ਆ, ਕਿਉਂਕਿ ਉਹਨਾਂ ਨੇ ਤਾਂ ਹਜੇ ਕੋਈ ਪ੍ਰਾਈਮ ਮਿਨਿਸਟਰ ਬਣਨ ਦੀ ਕੋਈ ਇੱਛਾ ਜਤਾਈ ਹੋ ਨਹੀਂ ਗੀ ਉਹਨਾਂ ਨੇ, ਤਾਂ ਨਾ ਉਹ ਹਜੇ ਕੈਂਡੀਡੇਟ ਨੇ, ਨਾ ਉਹਨਾਂ ਨੇ ਇੰਟਰਨਲ ਵੀ ਕੋਈ ਅੰਦਰ ਵੀ ਗੱਲ ਕੀਤੀ ਆ। ਉਹ ਬੜੇ ਬੜੇ ਲੰਬੀ ਰੇਸ ਵਾਲੇ ਨੇ, ਇਹ ਨਹੀਂ ਕਹਿਣਾ। ਪਹਿਲਾਂ ਤਾਂ ਲੋਕ ਹੋਰ ਗੱਲਾਂ ਕਰਦੇ ਸੀ, ਯਾਤਰਾ ਤੋਂ ਬਾਅਦ ਹੋਰ ਗੱਲਾਂ ਹੈ, ਹੁਣ ਯਾਤਰਾ ਨਿਆਏ ਯਾਤਰਾ ਜਿਹੜੀ ਸ਼ੁਰੂ ਹੋਊਗੀ 6000 ਤੋਂ ਉੱਤੇ ਕਿਲੋਮੀਟਰ, ਉਹ ਬੰਦਾ ਆਪਣੇ ਸਰੀਰ ਨੂੰ ਤੋੜ ਕੇ ਇਸ ਦੇਸ਼ ਲਈ ਜਿਹੜਾ ਇਹ ਰੋਜ਼ ਲੋਕਾਂ ਦੇ ਮੂਹਰੇ ਸਾਹਮਣੇ ਆ ਰਿਹਾ, ਅਤੇ ਕਰਨ ਦੋ ਕੰਮ। ਹਜੇ ਉਹ ਬਿਲਕੁਲ ਵੀ ਸੱਤਾ ਨੂੰ ਹਾਸਲ ਕਰਨ ਲਈ ਨਹੀਂ ਕੁਛ ਕਰਦੇ, ਨਾ ਉਹਨਾਂ ਦੀ ਇਹ ਸੋਚ ਆ। ਪਰ ਵਿਰੋਧੀ ਤਾਂ ਕਹਿੰਦੇ ਕਿ ਪਹਿਲਾਂ ਵੀ ਜੋ ਯਾਤਰਾ ਕੱਢੀ ਸੀ ਉਦੋਂ ਤੁਸੀਂ ਸੀਟਾਂ ਹਾਰ ਗਏ, ਹੁਣ ਦੁਬਾਰਾ ਤੋਂ ਫਿਰ ਸੀਟਾਂ ਯਾਤਰਾ ਕੱਢ ਰਹੇ ਹੋ, ਹੁਣ ਕਿਹੜੀ ਸੀਟਾਂ ਹਾਰਨੀਆਂ? ਮੈਂ ਫਿਰ ਕਿਹਾ ਵੀ ਇਹ ਕਿਸੇ ਦੀ ਰਾਜਨੀਤੀ ਹੋ ਸਕਦੀ ਆ, ਸਰਕਾਰ ਬਣਾਉਣ ਦੀ ਕਾਹਲੀ ਹੋ ਸਕਦੀ ਆ, ਵੀ ਸੱਤਾ 'ਚ ਰਹਿਣਾ, ਹਾਏ ਸੱਤਾ 'ਚ ਰਹਿਣਾ। ਗਾਂਧੀ ਪਰਿਵਾਰ ਆ ਜਿਹੜਾ, ਉਹ ਦੇਸ਼ ਲਈ ਆ, ਕਾਂਗਰਸ ਲਈ ਆ, ਉਹਨਾਂ ਨੂੰ ਸਿਰਫ ਸੱਤਾ ਨਹੀਂ, ਉਹਨਾਂ ਨੂੰ ਦੇਸ਼ ਚਾਹੀਦਾ, ਦੇਸ਼ ਦੇ ਲੋਕ ਚਾਹੀਦੇ ਆ। ਸੱਤਾ ਇਕੱਲਾ ਪ੍ਰਾਪਤ ਕਰਨਾ ਉਹਨਾਂ ਦਾ ਕੰਮ ਨਹੀਂ ਗਾ, ਸੱਤਾ ਦਾ ਪ੍ਰਾਪਤ ਬਹੁਤ ਨਹੀਂ ਹੋਰ ਤਰੀਕੇ ਸੀਗੇ ਹਾਸਲ ਕਰਨ ਦੇ, ਵਿੰਗੇ ਟਿੱਡੇ ਜਿਹਦੇ ਨਾਲ ਮਰਜ਼ੀ ਅਲਾਇੰਸ ਕਰ ਲਓ, ਜੋ ਕਰ ਲਓ। ਪਿਛਲੀ ਵਾਰ ਵੀ ਸੀਟਾਂ ਆ ਜਾਂਦੀਆਂ, ਬਰਾਬਰ ਆ ਜਾਂਦੀਆਂ, ਪਰ ਉਹ ਬੰਦਾ ਬਹੁਤ ਠਹਿਰਾਓ ਆ। ਜੇ ਉਹਨਾਂ ਦੀ ਗੱਲ ਕਰਾਂ, ਸਾਨੂੰ ਇਹ ਜ਼ਰੂਰ ਆ ਵੀ ਸਾਡੀ ਸਰਕਾਰ ਆਉਣ, ਉਹ ਪ੍ਰਧਾਨ ਮੰਤਰੀ ਬਣੇ। ਪਰ ਜੇ ਉਹਨਾਂ ਦੀ ਨਿੱਜੀ ਗੱਲ ਕਰੇ, ਕਿਸੇ ਨੇ ਉੱਥੇ ਇਹ ਗੱਲ ਕਹਿਤੀ ਬਈ ਜੀ ਇਹ ਫਿਰ ਆਖਰੀ ਇਲੈਕਸ਼ਨ ਆ, ਕਈ ਮੈਂ ਨਾਂ ਨਹੀਂ ਲੈਣਾ, ਉਹ ਮੀਟਿੰਗ 'ਚ ਕਹਿਤੀ ਵੀ ਇਹ ਆਖਰੀ ਇਲੈਕਸ਼ਨ ਆ ਜੀ, ਫਿਰ ਜੇ ਇਸ ਵਾਰ ਮੋਦੀ ਸਾਹਿਬ ਆ ਗਏ ਤਾਂ ਫਿਰ ਕਿਸੇ ਪਾਰਟੀਆਂ ਦਾ ਕੀ ਰਹਿਣਾ। ਮੋਦੀ ਸਾਹਿਬ ਤਾਂ 3 ਵਾਰ ਜੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਇਸ ਗੱਲ ਦਾ ਇੱਕਦਮ ਇਹਨੂੰ ਰਿਐਕਟ ਕੀਤਾ, ਇੱਕਦਮ ਉਹਨੂੰ ਰੋਕਿਆ ਵੀ ਬਿਲਕੁਲ ਕੋਈ ਆਖਰੀ ਇਲੈਕਸ਼ਨ ਨਹੀਂ, ਇਹ 138 ਸਾਲ ਪੁਰਾਣੀ ਪਾਰਟੀ ਹੈ, ਇਹਦੀ ਆਖਰੀ ਇਲੈਕਸ਼ਨ ਜੇ ਕਿਸੇ ਦੀ ਹੋ ਸਕਦੀ ਹੈ? ਨਾਲੇ ਲੜਾਈ ਪ੍ਰਧਾਨ ਮੰਤਰੀ ਦੀ ਨਹੀਂ ਗੀ, 10 ਸਾਲ ਅਸੀਂ ਰਹੇ ਹਾਂ, UPA ਵੀ ਤਾਂ 10 ਸਾਲ ਰਹੀ ਸੀ, ਅਤੇ ਇਹਨਾਂ ਨੂੰ ਵੀ ਤਾਂ ਦੱਸੀ ਹੋਏ ਨੇ, ਹਜੇ ਕਿਹੜੀ ਐਡੀ ਗੱਲ ਹੋ ਗਈ ਵੀ ਅਸੀਂ ਇੰਨੀ ਛੇਤੀ ਘਬਰਾ ਗਏ। ਅਤੇ ਦੂਜੀ ਗੱਲ ਇਹ ਆ, ਅੱਜ ਵੀ ਤੁਸੀਂ ਵੀ ਇਹ ਗੱਲ ਮੰਨਦੇ ਹੋ, ਜੇ ਅੱਜ ਵੀ ਜਿਹੜੀਆਂ ਸਟੇਟਾਂ 'ਚ, 5 ਸਟੇਟਾਂ 'ਚ ਇਲੈਕਸ਼ਨਾਂ ਹੋਈਆਂ, ਉਹਦੇ ਵਿੱਚ ਵੋਟ ਬੈਂਕ ਆ ਜਿਹੜਾ ਪਰਸੈਂਟੇਜ ਵਾਈਜ਼ ਦੇਖ ਲਓ, ਉਹ ਤਾਂ 10 ਲੱਖ ਵੋਟ ਕਾਂਗਰਸ ਅੱਜ ਵੀ ਅੱਗੇ ਆ। ਟੈਕਟੀਕਲ ਗੱਲਾਂ ਹੈ ਜਿਹਦੇ ਵਿੱਚ ਅਸੀਂ ਸੀਟਾਂ ਹਾਰ ਗਏ, ਅਤੇ ਜਿਹੜੀ ਸੀਟ ਅਸੀਂ ਜਿੱਤੀ ਉਹ 20-25 ਹਜ਼ਾਰ ਮਾਰਜਨ ਨਾਲ ਜਿੱਤੀ ਆ, ਉਹਨਾਂ ਨੇ ਜਿੱਤੀ ਆ ਉਹ 250 ਨਾਲ ਜਿੱਤੀ ਆ। ਅਤੇ ਇਹ ਕਈ ਗੱਲਾਂ ਹੈ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਠੀਕ ਹੋ ਜਾਣਗੀਆਂ। ਪਰ ਐਡਾ ਇਹ ਨਹੀਂ ਗਾ ਵੀ ਹੁਣੀ ਐਡੀ ਸਾਨੂੰ ਕੋਈ ਕਾਹਲੀ ਲੱਗੀ ਆ ਜਿਹਦੇ ਕਿਤੇ ਵੀ ਸੱਤਾ ਹੀ ਹਾਸਲ ਕਰਨੀ ਹੈ। ਅੱਛਾ ਬਿੱਟੂ ਜੀ, ਇੱਕ ਚੀਜ਼ ਹੋਰ, ਕਿਤੇ ਨਾ ਕਿਤੇ ਇੰਡੀਆ ਗੱਠਜੋੜ ਦੀ ਗੱਲ ਕੀਤੀ ਜਾ ਰਹੀ ਆ, ਗਠਬੰਧਨ ਦੀ ਗੱਲ ਕੀਤੀ ਜਾ ਰਹੀ ਆ, ਕੀ ਲੱਗਦਾ ਕਿ ਪਾਰਟੀ ਜੁੜੀ ਹੋਈ ਹੈ, ਪਾਰਟੀ ਦੇ ਵਿੱਚ ਇੱਕ ਇਕਜੁੱਟਤਾ ਹੈਗੀ ਆ? ਮੈਂ ਕਹਿੰਦਾ ਤੁਸੀਂ ਇਸ ਗੱਲ ਦਾ ਜਿਹੜਾ ਟੋਟਲ ਹਾਈ ਕਮਾਂਡ ਆ ਜਿਹੜੀ, ਉਹਦੇ ਨਾਲ ਸਭ ਜੁੜੇ ਹੋਏ ਆ, ਕੋਈ ਉਹ ਫੈਸਲਾ ਕਰਨਗੇ ਪਾਰਟੀ। ਉਦੋਂ ਪਹਿਲਾਂ ਹਰੇਕ ਦਾ ਫਰਜ਼ ਆ ਗੱਲ ਆਪਣੀ ਰੱਖਣਾ, ਤਕੜੇ ਹੋ ਕੇ ਰੱਖਣਾ। ਜਦੋਂ ਉਹਨਾਂ ਨੇ ਫੈਸਲਾ ਕਰ ਲਿਆ, ਤਾਂ ਕਾਂਗਰਸ ਪਾਰਟੀ ਦਾ ਹਰ ਸਿਪਾਹੀ ਆ ਤੁਹਾਡੇ ਮੂਹਰੇ ਅੱਗੇ ਵੀ ਆ। ਮੈਂ ਜਿਵੇਂ ਤੁਹਾਨੂੰ ਕਿਹਾ, ਕਿਹੜਾ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ, ਤਾਂ ਨਵਜੋਤ ਸਿੰਘ ਸਿੱਧੂ ਬੜਾ ਬੋਲ ਰਹੇ ਨੇ, ਬੜੇ ਸਰਗਰਮ ਨੇ, ਚੰਗੀ ਗੱਲ ਆ, ਚੰਗੀ ਗੱਲ ਆ। ਮਾਹੌਲ ਜਿਹੜਾ ਠੰਡਾ ਹੈ ਅਤੇ ਉਹ ਗਰਮੀ ਕਰਕੇ ਰੱਖਦੇ ਆ, ਚੰਗੀ ਗੱਲ ਆ। ਨਹੀਂ, ਲਗਾਤਾਰ ਆਪਣੇ ਉੱਤੇ ਹੀ ਵਾਰ ਹੁੰਦੇ ਨਜ਼ਰ ਆ ਰਹੇ ਨੇ। ਨਹੀਂ, ਤੁਹਾਨੂੰ ਲੱਗਿਆ ਹੋਣਾ, ਉਹ ਤਾਂ ਕਹਿ ਰਹੇ ਮੈਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ। ਅਤੇ ਹੋਰ ਪਾਰਟੀ ਦੇ ਨੁਮਾਇੰਦੇ ਤਾਂ ਸਾਰੇ ਕਹਿ ਰਹੇ ਨੇ ਕਿ ਕਿਤਨਾ ਮੈਂ ਨਹੀਂ ਬੋਲਣਾ, ਨਹੀਂ ਬੋਲਣਾ ਸਿੱਧੂ ਸਾਹਿਬ ਨੇ, ਇਹ ਨਹੀਂ ਬੋਲਣਾ ਪਿੱਛੇ ਕਾਰਨ ਨਹੀਂ, ਜੋ ਕਿਉਂਕਿ ਦੇਖੋ
ਇੱਕ PCC ਪ੍ਰਧਾਨ ਨੇ ਇਹ ਗੱਲ ਕਹਿਤੀ ਵੀ ਭਾਈ ਜੋ ਰੈਲੀ ਆ ਉਹ ਕਰ ਸਕਦਾ ਹੈ, ਜੋ ਬਲੋਕ ਪ੍ਰਧਾਨ ਤੋਂ ਲੈ ਕੇ ਕੋਈ ਵੀ ਸੀਨੀਅਰ ਲੀਡਰ ਉਹ ਆਪਣੀ ਮਰਜ਼ੀ ਨਾਲ ਕਰ ਸਕਦਾ, ਅਸੀਂ ਕਿਸੇ ਦੇ ਉਲਟ ਵਾਲਾ ਕੰਮ ਜਿਹੜਾ ਇਹ ਬਿਲਕੁਲ ਬਾਈ ਵਾਲਾ ਕੰਮ ਨਹੀਂ ਕਰਨਾ ਵੀ ਮੀਡੀਆ ਦੇ ਮੂਹਰੇ ਮਾਈਕ ਦੇਖ ਕੇ ਇੱਕ ਦੂਜੇ ਦੇ ਮਤਲਬ ਆਪਣੇ ਆਪ ਨੂੰ ਚੰਗਾ ਦੂਜੇ ਨੂੰ ਮਾੜਾ ਕਹਿਣਾ, ਇਹਦੇ ਨਾਲ ਸਾਡਾ ਨੁਕਸਾਨ ਹੋਇਆ। ਸਿੱਧੂ ਸਾਹਿਬ ਕੀ ਕਰ ਰਹੇ ਨੇ? ਉਹ ਸਿੱਧੂ ਸਾਹਿਬ ਨੂੰ ਪੁੱਛੋ ਸਰ, ਹੈ ਤਾਂ ਪਾਰਟੀ ਤੁਹਾਡੇ ਨੁਮਾਇੰਦੇ ਨੇ। ਮੈਂ ਤਾਂ ਇੱਕ ਸਿੰਪਲ MP ਹਾਂ, ਮੇਰਾ ਕੰਮ ਤਾਂ ਸਿਰਫ ਮੈਂਬਰ ਪਾਰਲੀਮੈਂਟ ਆ, ਮੈਂ ਉਦੋਂ ਵੱਧ ਬਿਆਨ ਥੋੜ੍ਹੀ ਦੇ ਸਕਦਾ ਕੋਈ। ਨਹੀਂ ਹੈ ਤਾਂ ਸਰ ਪਾਰਟੀ ਦੇ ਤੁਸੀਂ ਵੀ ਨੁਮਾਇੰਦੇ ਹੋ ਅਤੇ ਪਾਰਟੀ ਦੇ ਉਹ ਵੀ ਹੈਗੇ ਨੇ, ਪਰ ਜਿਸ ਤਰੀਕੇ ਨਾਲ ਦੇਖਣ ਨੂੰ ਮਿਲ ਰਿਹਾ ਵਾ ਉਸ ਤਰੀਕੇ ਨਾਲ ਤਾਂ ਮੈਸੇਜ ਤਾਂ ਕੁਛ ਹੋਰ ਹੀ ਜਾ ਰਿਹਾ। ਮੈਸੇਜ ਤੁਸੀਂ ਕਿਹੋ ਜਿਹਾ ਮੈਸੇਜ ਚਾਹੁੰਦੇ ਉਹੋ ਜਿਹਾ ਦੇ ਦਿੰਦੇ ਹਾਂ। ਤੁਸੀਂ ਮੀਡੀਆ ਵਾਲੇ ਕਿਉਂ ਕੱਢਣ ਨੂੰ ਫਿਰਦੇ ਰਹਿੰਦੇ ਹੋ ਕੁਛ ਨਾ ਕੁਛ? ਕੀ ਤੁਸੀਂ ਯਾਰ ਚਾਹੁੰਦੇ ਕੀ ਹੋ? ਮੈਨੂੰ ਇਹ ਸਮਝਾ ਦਿਓ ਵੀ ਤੁਸੀਂ ਕੱਢਣਾ ਕੀ ਚਾਹੁੰਦੇ ਹੋ? ਅਸੀਂ ਕੁਛ ਨਹੀਂ, ਤੁਸੀਂ ਤੁਹਾਡੀ ਪਾਰਟੀ ਹੈ, ਤੁਹਾਡੀ ਪਾਰਟੀ ਦੇ ਹੀ ਲੀਡਰ ਸਾਹਿਬਾਨ ਹੈਗੇ ਨੇ ਜਿਹੜੇ ਇੱਕ ਦੂਜੇ ਉੱਤੇ ਵਾਰ ਪਲਟਵਾਰ ਕਰ ਰਹੇ ਨੇ। ਇਹ ਜਿਹੜੇ 24 ਘੰਟੇ ਵਾਲੇ ਚੈਨਲ ਚੱਲ ਪਏ ਨਾ, ਇਹਨੇ ਬੜਾ ਚੈਨਲਾਂ ਨੂੰ ਵੀ ਔਖਾ ਕਰਤਾ, ਲੀਡਰਾਂ ਨੂੰ ਵੀ ਔਖਾ ਕਰਤਾ। ਬਸ ਹੁਣ ਇੰਨੀ ਉਹ ਮੈਂ ਗੱਲ ਕਹਿ ਸਕਦਾ ਹੈ ਵੀ ਪਾਰਟੀ ਇੱਕਜੁੱਟ ਆ। 3 ਦਿਨ ਦਾ ਪਾਰਟੀ ਦੇ ਪ੍ਰਧਾਨ ਆਏ ਹੋਏ, ਇੰਚਾਰਜ ਆਏ ਹੋਏ ਨੇ, ਅਤੇ ਜੋ ਵੀ ਗੱਲ ਰੱਖਣੀ ਆ ਉਹ ਅੱਜ ਸ਼ੁਰੂ ਹੋਊਗੀ ਅਤੇ 11 ਤੱਕ ਨਿਬੇੜਾ ਹੋ ਜਾਏਗਾ। ਬਿਲਕੁਲ, ਇਹ ਸੀਗੇ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਸਾਫ਼ ਤੌਰ 'ਤੇ ਕਿਹਾ ਵਾ ਕਿ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਔਰ ਜੋ ਵੀ ਨਿਕਲ ਕੇ ਸਾਹਮਣੇ ਆਊਗਾ ਉਸਨੂੰ ਉਹ ਕਬੂਲ ਕਰਨਗੇ। ਵਿਧਾਨ ਤੋਂ ਰੋਹਿਤ ਗੌੜ, ਨਿਊਜ਼ 18।